ਅਖੀ ਗੌਤਮ ਗੀਰੀ ਰਾਜਾ ਤੇ ਗੁਰਮੋਹਿ ਕੀ ਆਖ ਸੁਣਾਇਆ ਗੁਰਮੁਖ ਨੰਦ ਕਹਿਣ ਲੱਗੇ ਹੇ ਰਾਜਾ ਤੂੰ ਮਹਿਲਾਂ ਬਣਾ ਰਿਹਾ ਰਹਿਣ ਵਾਲਾ ਪੂੜੀਆਂ ਹਲਵਾ ਬੜੇ ਬੜੇ ਪਦਾਰਥ ਖਾਣ ਲੱਗੇ ਤੇ ਫਕੀਰਾਂ ਕੋਲ ਤਾਂ ਬਾਹਰ ਭੁੱਖੇ ਰਹਿਣਾ ਪੈਣਾ ਕੀ ਕਹਿਣ ਲੱਗੇ ਮੁਰਗਾ ਰਾਣੀ ਆਵੇ ਅੱਖਾਂ ਜੋਗ ਦਾ ਸਤਿ ਸ਼੍ਰੀ ਅਕਾਲ।
ਸੁਣਾ ਲਿਆ ਵੇ।